4 ਸਾਲਾਂ ਦੇ ਵਿੱਚ ਇਹ ਨਸ਼ਾ ਲੈ ਕੇ ਕਿੱਥੋਂ ਆਵੇ ਜਿੱਥੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਇੰਨੇ ਨਸ਼ਾ ਦੱਸਣ ਫੜਦੇ ਤੁਸੀਂ ਇੰਨੀ ਅਸਰੀ ਨਾਲ ਨਸ਼ਾ ਕਿਦੋਂ ਲੈ ਲਓਗੇ ਹਮੀਰੇ ਤੋਂ ਹਮੀਰੇ ਨਾਮ ਆ ਕਿੰਨੇ ਨੂੰ ਮਿਲਦਾ ਕਿਹੜਾ ਮੁੰਡਾ ਫੜਾ ਕੇ ਜਾਂਦਾ ਅੱਛਾ ਲੈਂਡਰ ਗਾਂ ਕਿੰਨੇ ਦਾ ਵੇਚਣਾ ਹੈ ਥੋੜਾ ਜਿਹਾ ਉੱਚੀ ਬੋਲੇ ਤੇ ਨਵਾਂ ਕਿੰਨੇ ਦਾ ਹੁੰਦਾ ਪਤਾ ਮੋਟਰਸਾਈਕਲ ਤੇਰਾ ਆਪਣਾ ਹੈ ਜਾਂ ਜੇਤੇ ਤੂੰ ਐਸ ਆਪਣੇ ਅੱਛਾ ਚੋਰੀ ਦਾ ਤਾਂ ਨਹੀਂ ਹੈ ਵੀ ਨਸ਼ਾ ਕਿੰਨੇ ਦਾ ਲੈ ਕੇ ਆਉਂਦਾ ਡੀਜੀ ਦਾ ਕਿੰਨੇ ਦਾ ਨਸ਼ਾ ਕਰ ਲੈਂਦਾ 4-500 ਦਾ ਚਿੱਟਾ 4-500 ਦਾ ਆਸਾਨੀ ਨਾਲ ਮਿਲ ਜਾਂਦਾ ਇੱਕ ਵਾਰ ਟਾਈਮ ਦਾ ਆਇਆ ਨਾ ਤਿੰਨ ਟਾਈਮ ਦਾ ਨਾ ਕਿੰਨੀ ਵਾਰ ਦਾ ਤਾਂ ਪੋਨਾ ਰੋਜ਼ ਨਹੀਂ 4 ਸਾਲ ਹੋ ਗਏ ਤੈਨੂੰ ਨਸ਼ਾ ਕਰਦੇ ਨੂੰ ਦਿੱਤੀਆਂ ਨੇ ਪਹਿਲਾਂ ਪਿੰਡ ਦਾ ਕੰਮ ਕਰਦਾ ਭਈ ਤੇ ਅੱਜ ਕੰਮ ਨਹੀਂ ਮਿਲਿਆ ਤੈਨੂੰ ਅੱਜ ਚੋਰੀ ਕਰਨ ਲੱਗ ਪਿਆ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਨਹੀਂ ਨਸ਼ੇ ਦੀ ਵਾਰਦਾਤਾਂ ਕਰਦੀ ਹੂੰ ਕਦੀ ਕਦੀ ਕਰਦੀ ਚੋਰੀ ਕਿਉਂ ਕਰਦੀ ਪਹਿਲੇ ਅੱਜ ਮਜ਼ਦੂਰੀ ਨੇ ਕੀਤਾ ਮੇਰਾ ਮੁੰਡਾ ਨਹੀਂ ਪਹਿਲੇ ਤੀ ਕਿੰਨੇ ਸੀ ਮੈਂ ਨਸ਼ੇ ਵਾਸਤੇ ਕਰਦਾ जिस तरह ही दुकान तो बाहर निकलन लगे क्योंकि मेरा घर भी विच ही है जिस तरह ही बाहर निकलन लगे तो यह लड़का आया बाइक से बहुत स्पीड के 4-5 गेड़े सवेर देने इतने मार दिते जिदा ही इधरों की नंगल लगा इन्हें बाइक से बैठे बैठे ही चक लिया सिलेंडर चकिया इन्होंने इदा ही गर्दन घुमा के जो देखा कहें ये हाथ सिलेंडर आया फटाफट दौड़ के इन्होंने जिदा ही सिलेंडर खिंचया बाइक तो नीचे गिर गया ये एक होर एक्टिवा अंकल जा रहे थे वो अंकल जी बजुर्ग अंकल से उन्होंने भी सट्टा बोल लगी बट वो हूँ चले गए उन्होंने असं पानी पूनी पिला के वो चले गए है तो बस मेरे हसबेंड भी हूँ ड्यूटी पर चले गए हैं कि गल सवेरे 11:30 ਵਜੇ ਤੇ ਮੋਟਰਸਾਈਕਲ ਤੇ ਕਿੰਨੇ ਸੀਗੇ ਲੜਕੇ ਕੱਲਾ ਹੀ ਸੀਗਾ ਭਈਆ ਇਹਦੇ ਰਿਗਾਰਡਿੰਗ ਮੈਨੂੰ ਤੁਸੀਂ ਕੋਈ ਪੁਲਿਸ ਕਹਿ ਦਿੱਤੀ ਨਹੀਂ ਅਸੀਂ ਹਜੇ ਤੱਕ ਤਾਂ ਨਹੀਂ ਕੀਤੀ ਹਜੇ ਨਹੀਂ ਅਸੀਂ ਕੀਤੀ ਹਜੇ ਕੋਈ ਵੀ ਸਾਰੇ ਕਹਿੰਦੇ ਕਿਉਂਕਿ ਪੁਲਿਸ ਵਾਲਿਆਂ ਨੂੰ ਤੁਹਾਨੂੰ ਪਤਾ ਅੱਜ ਕੱਲ ਜੇ ਕਹਾਂਗੇ ਵੀ ਉਹਨਾਂ ਨੇ ਇੱਥੋਂ ਪਕੜ ਕੇ ਲੈ ਕੇ ਜਾ ਕੇ ਅੱਗੇ ਛੱਡ ਦੇਣਾ ਇਸ ਤੋਂ ਪਹਿਲਾਂ ਵੀ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਕਿ ਫਸਟ ਟਾਈਮ ਤੇ ਦਿਨਾਂ ਤੋਂ ਨਾ ਲਲਿਆਂ ਦੇ ਥੋੜੇ ਦਿਨ ਪਹਿਲਾਂ ਇਹਨਾਂ ਦੀ ਟੈਚੀ ਕੋਈ ਚੱਕ ਕੇ ਲੈ ਗਿਆ ਉਹਨਾਂ ਦਾ ਸਾਨੂੰ ਨਹੀਂ ਪਤਾ ਲੱਗਾ ਫੋਨ ਚੱਕ ਕੇ ਲੈ ਗਿਆ ਬਾਹਰੋਂ ਟੈਚੀ ਡਬਲ ਟੈਚੀ ਪੈਕਿੰਗ ਸੀਗੀ ਉਹਨਾਂ ਦੀ ਵੀ ਟੈਚੀ ਚੱਕ ਕੇ ਲੈ ਗਿਆ ਹੁਣ ਕਾਫੀ ਟਾਈਮ ਤੋਂ ਇੱਧਰ ਇਹੀ ਹੋ ਰਿਹਾ ਵਾ ਕਦੀ ਕਿਤੇ ਚੋਰੀ ਕਦੀ ਕਿਤੇ ਚੋਰੀ ਕੀ ਕਰ ਰਿਹਾ ਸੀਗਾ ਸਿਲੰਡਰ ਕਹਿ ਰਹੇ ਆ ਹੁਣ ਬਾਕੀ ਦੇਖਦੇ ਜਿੱਦਾਂ ਹੋਇਆ ਤੁਹਾਨੂੰ ਦੱਸਾਂਗੇ ਜੀ ਥਾਣਾ ਕਿਹੜਾ ਜੀ ਥਾਣਾ ਡਿਵੀਜ਼ਨ ਨੰਬਰ 3 ਲੈ ਕੇ ਚੱਲੇ ਜੀ